ਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ এডਿਕੇਸ਼ਨ ਦੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਆਪਾਂ ਜੋ ਜਮਾਤ 10ਵੀਂ ਦੇ ਲਈ ਤੁਹਾਡੇ ਕੰਪਿਊਟਰ ਸਾਇੰਸ ਦਾ ਪੇਪਰ ਆਉਣਾਗਾ ਉਹਦੇ ਲਈ ਆਪਾਂ ਇੱਕ ਸਿੰਪਲ ਪੇਪਰ ਟਾਈਪ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਉਮੀਦ ਹੈ ਇਹਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਤਾਂ ਪਹਿਲਾ ਕੁਐਸਚਨ ਆਪਣਾ MCQ ਜਨ ਏ ਕੁਐਸਚਨ ਕਿਹੜੇ ਸੌਫਟਵੇਅਰ ਕੰਪਿਊਟਰ ਨੂੰ ਆਪਰੇਟ ਕਰਨ ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ ਹਾਂਜੀ ਕਿਹੜੇ ਨੇ ਪੁੱਤ ਸਿਸਟਮ ਸੌਫਟਵੇਅਰ ਡੈਸ਼ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈਗਾ ਹਾਂਜੀ ਵਰਲਡ ਵਾਈਡ ਵੈਬ ਹੇਠ ਲਿਖਿਆਂ ਵਿੱਚੋਂ ਕਿਹੜਾ ਐਟਰੀਬਿਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ ਹਾਂਜੀ SRC GUI ਦਾ ਪੂਰਾ ਨਾਮ ਡੈਸ਼ ਹੈ ਗ੍ਰਾਫੀਕਲ ਯੂਜ਼ਰ ਇੰਟਰਫੇਸ ਨੰਬਰ 5 ਡੈਸ਼ ਇੱਕ ਜਿਆ ਸਿਸਟਮ ਹੈ ਜੋ ਸਾਨੂੰ ਇਹੇ ਦਰਸਾਉਂਦਾ ਹੈ ਕਿ ਜਦੋਂ ਅਸੀਂ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਰਾਂਗੇ ਤਾਂ ਇਹ ਕਿਹੋ ਜਿਹਾ ਦਿਖਾਈ ਦੇਵੇਗਾ ਹਾਂਜੀ ਇਹਦੇ ਲਈ ਆਪਣੇ ਕੋਲ ਸਸਾ ਆਪਸ਼ਨ ਆ ਜਾਈ ਬੇਟਾ ਡੈਸ਼ ਇੱਕ ਪ੍ਰਿੰਟਡ ਹੈਡਿੰਗ ਨਾਲ ਸਟੇਸ਼ਨਰੀ ਹੁੰਦੀ ਹੈ ਹੈਡਿੰਗ ਵਿੱਚ ਆਮ ਤੌਰ ਤੇ ਇੱਕ ਨਾਮ ਇੱਕ ਐਡਰੈਸ ਤੇ ਇੱਕ ਲੋਗੋ ਸ਼ਾਮਿਲ ਹੁੰਦਾ ਹੈ ਇਹਨੂੰ ਕੀ ਬੋਲਦੇ ਪੁੱਤ ਲੈਟਰ ਹੈਡ ਅਗੇ ਖਾਲੀ ਥਾਵਾਂ ਨੇ ਆਪਣੇ ਕੋਲ ਫਿਲ ਇਨ ਦਾ ਬਲੈਂਕਸ ਸਿਸਟਮ ਸੌਫਟਵੇਅਰ ਆਮ ਤੌਰ ਤੇ ਡੈਸ਼ ਕੰਪਿਊਟਰ ਪ੍ਰੋਗਰਾਮ ਪਛਾਮਾ ਵਿੱਚ ਲਿਖੇ ਜਾਂਦੇ ਹਨ ਜੀ ਲੋ ਲੈਵਲ ਲੋ ਲੈਵਲ ਡੈਸ਼ ਸੈੱਲ ਬਾਰਡਰ ਅਤੇ ਸੈੱਲ ਕੰਟੈਸਟ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ ਇਹਨੂੰ ਭਗਵਾਨ ਦੇ ਪੁੱਤ ਸੈੱਲ ਪੈਡਿੰਗ ਸੈੱਲ ਪੈਡਿੰਗ ਅਕੇ ਦੇਖੋ ਨੰਬਰ 3 ਤੇ ਹੈ ਹਰੇਕ ਇਮੇਜ ਟੈਗ ਵਿੱਚ ਇੱਕ ਡੈਸ਼ ਐਟਰੀਬਿਊਟ ਹੁੰਦਾ ਹੈ ਜੋ ਵੈਬ ਬ੍ਰਾਊਜ਼ਰ ਨੂੰ ਇਹ ਦੱਸਦਾ ਹੈ ਕਿ ਉਹ ਤਸਵੀਰ ਜੋ ਅਸੀਂ ਵੈਬ ਪੇਜ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ ਉਹਨੂੰ ਕਿੱਥੋਂ ਲੱਭਣਾ ਹੈ ਇਹਨੂੰ ਆਪਾਂ ਕੀ ਬੋਲਦੇ ਪੁੱਤਰ ਆਪਰੇਟਿੰਗ ਸੌਰੀ ਐਸ ਆਰ ਸੀ ਐਸ ਆਰ ਸੀ ਨੰਬਰ 4 ਡੈਸ਼ ਇੱਕ ਜਿਆ ਪ੍ਰੋਗਰਾਮ ਹੈ ਆਪਰੇਟਿੰਗ ਸਿਸਟਮ ਆਪਰੇਟਿੰਗ ਸਿਸਟਮ ਪਿਕ ਨੰਬਰ 5 ਕੰਪਿਊਟਰ ਤੇ ਸੌਫਟਵੇਅਰਾਂ ਦੀ ਵਰਤੋਂ ਕਰਦੇ ਹੋਏ ਵਿਚਾਰਾਂ ਆਈਡੀਆਜ਼ ਅਤੇ ਜਾਣਕਾਰੀ ਇਨਫੋਰਮੇਸ਼ਨ ਦੇ ਵਿਜ਼ੂਅਲ ਡਿਸਪਲੇ ਬਣਾਉਣਾ ਡੈਸ਼ ਖਵਾਉਂਦਾ ਹੈ ਹਾਂਜੀ ਇਹਨੂੰ ਕੀ ਬੋਲਦੇ ਪੁੱਤ ਡੈਸਕਟਾਪ ਪਬਲਿਸ਼ਿੰਗ ਡੈਸਕਟਾਪ ਪਬਲਿਸ਼ਿੰਗ ਇੱਕ ਰੈਜ਼ਿਊਮ ਸਾਡੀ ਡੈਸ਼ ਕੰਮ ਦੇ ਇਤਿਹਾਸ ਪ੍ਰਮਾਣ ਪੱਤਰਾਂ ਤੇ ਹੋਰ ਪ੍ਰਾਪਤੀਆਂ ਤੇ ਹੁਨਰਾਂ ਦਾ ਸਾਰਾਂਸ਼ ਪ੍ਰਦਾਨ ਕਰਦਾ ਹੈ ਇੱਕ ਸਿੱਖਿਆ ਰੈਜ਼ਿਊਮ ਤਿਕਾ ਇਥੇ ਕੀ ਜੋ ਬੁੱਤ ਸਿੱਖਿਆ ਇੱਕ ਰੈਜ਼ਿਊਮ ਸਾਡੀ ਸਿੱਖਿਆ ਕੰਮ ਦੇ ਇਤਿਹਾਸ ਬਾਰੇ ਸਾਨੂੰ ਦੱਸਦਾ ਹੈਗਾ ਨੈਕਸਟ ਬੇਟਾ ਠੀਕ ਇਹਦੇ ਲਈ ਤੁਸੀਂ ਲਿਖੋਗੇ ਅੰਡਰਲਾਈਨ ਠੀਕ ਅੰਡਰਲਾਈਨ ਨੈਕਸਟ ਹੈਗਾ ਸੁਪਰ ਸਕ੍ਰਿਪਟ ਸੁਪਰ स्क्रिप्ट नंबर तीन ठीक है डिटेली डेफिनेशन टाइटल डेफिनेशन टाइटल एल आईली लिस्ट आइटम लिस्ट आइटम एंकर एली एंकर डीएम का पूरा नाम भी डॉट matrix printer dot matrix printer anti malware computer program ਹੁੰਦੇ ਹਨ ਜੋ malwares ਨੂੰ ਰੋਕਣ ਲੱਭਣ ਤੇ ਖਤਮ ਕਰਨ ਲਈ ਵਰਤੇ ਜਾਂਦੇ ਨੇ ਹਾਂਜੀ ਬੇਟਾ ਇਹ ਬਿਲਕੁਲ ਸਹੀ ਹੈ ਵੀ ਪਬਲਿਸ਼ਰ ਬੰਦ ਕਰਨ ਤੋਂ ਪਹਿਲਾਂ ਸਾਨੂੰ ਸਾਰੇ ਪਬਲਿਕੇਸ਼ਨ ਨੂੰ ਬੰਦ ਨਹੀਂ ਕਰਨੇ ਚਾਹੀਦੇ ਕਿ ਇਹ ਵੀ ਗਲਤ ਹੈ ਠੀਕ ਹੈ ਅੱਗੇ ਤੁਹਾਡੇ ਕੁਐਸਚਨ ਆਨਸਰ ਨੇ ਬੇਟਾ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਯਾਦ ਕਰ ਲਿਓ ਉਹਨਾਂ ਨੂੰ ਤੁਕ ਮਲਟੀਮੀਡੀਆ ਟੂਲਸ ਬਾਰੇ ਲਿਖੋ HTML ਕੀ ਹੈ ਨੈਕਸਟ ਵੈਬ ਫਾਰਮਸ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕੰਟਰੋਲ ਦੇ ਨਾਮ ਮਾਰਜਨ ਕੀ ਹੁੰਦੇ ਹਨ ਬੈਨਰ ਕੀ ਹੈ ਇਸ ਤੋਂ ਬਾਅਦ ਪਾਰਟ ਸੀ ਦੇ ਵਿੱਚ ਚਾਰ ਕੁਐਸਚਨ ਨੇ ਜਿਦੇ ਵਿੱਚੋਂ ਤੁਸੀਂ ਕੋਈ ਦੋ ਕਰਨੇ ਹੋ ਠੀਕ ਹੈ ਤਾਂ ਇਹ ਤੁਹਾਡਾ ਪੇਪਰ ਸੀ ਇਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਕੁਐਸਚਨ ਆ ਦਾ ਬਾਕੀ ਤੁਹਾਨੂੰ ਕਰਵਾਤਾ ਤੁਸੀਂ ਆਪਣੀ ਤਿਆਰੀ ਕਰ ਲਓ ਸਿਲੇਬਸ ਦੇ ਅਨੁਸਾਰ ਤਾਂ ਜੋ ਤੁਸੀਂ ਇਸ ਪੇਪਰ ਦੇ ਵਿੱਚੋਂ ਵਧੀਆ ਅੰਕ ਲੈ ਸਕੋ ਠੀਕ ਹੈ ਬੇਟਾ ওকে ਥੈਂਕ ਯੂ